ਤੈਨੂੰ ਕਿਹੜੀ ਸਾਹਿਬਾਂ ਨੇ ਚਿੱਠੀਆਂ ਪਾਉਣੀਆਂ ਹੈ? ਤੈਨੂੰ ਕੁੜੀ ਦੇ ਕਿਸੇ ਨੇ ਭੁੱਖੀ ਮਾਰਨੀ ਹੈ? ਵੱਡਾ ਮਿਰਜ਼ਾ, ਉਹ ਕੋਈ ਕੰਮ ਕੁੰਮ ਕਰ ਲਿਆ ਕਰ। ਬਸ ਚੱਲਾ ਹੀ ਚਾਚਾ। ਅੱਛਾ ਚਾਚਾ, ਦੋ ਮਿੰਟ ਸਕੂਟਰ ਦੀ ਚਾਬੀ ਦੇ, ਬਾਪੂ ਦੀ ਦਵਾਈ ਲੈ ਕੇ ਆਉਂਦੀ। ਸਕੂਟਰ ਲੈ ਜਾ। ਉਹ ਠਹਿਰ, ਤੈਨੂੰ ਤਾਂ ਮੈਂ ਸਾਈਕਲ ਨਾ ਦੇਵਾਂ, ਤੂੰ ਸਕੂਟਰ ਮੰਗ ਰਿਹਾ? ਉਹ ਸਕੂਟਰ ਵਾਲੀ ਔਕਾਤ ਹੈ ਤੇਰੀ? ਉਹ ਜਾ ਕੰਮ ਕੁੰਮ ਕਰ। ਕਹਾਣੀ ਹੈ ਪੰਜਾਬ ਦੇ ਉਸ ਪੁੱਤ ਦੀ, ਜਿਸ ਨੂੰ ਪੰਜਾਬ ਦੇ ਮਾਹੌਲ ਅਤੇ ਸ਼ਰੀਕਿਆਂ ਦੇ ਮਿਹਣਿਆਂ ਨੇ ਆਪਣੇ ਸੋਨੇ ਵਰਗੇ ਪਿੰਡ 'ਚ ਰਹਿਣ ਨਾ ਦਿੱਤਾ ਅਤੇ ਉਹ ਬਗਾਨੀ ਧਰਤੀ 'ਤੇ ਜਾ ਵਸਿਆ। ਗੱਲ ਸੁਣਿਆ ਪੁੱਤਰਾ, ਉਹ ਚਿੱਟੀ ਕੋਠੀ ਵਾਲਾ ਆ ਰਿਹਾ ਅੱਜ, ਤਿਆਰ ਤਿਉਰ ਹੋ ਜਾ ਜਲਦੀ। ਬਾਪੂ ਨੂੰ ਕੋਈ ਜਾਣਦਾ ਤਾਂ ਹੈ ਨਹੀਂ, ਆਪਾਂ ਉੱਥੇ ਜਾ ਕੇ ਕੀ ਕਰਨਾ ਵਾ? ਓਏ ਕਿਉਂ ਚਿੰਤਾ ਕਰਦਾ ਹਾਂ, ਤੇਰੇ ਬਾਪੂ ਨੂੰ ਜਾਣ ਪਹਿਚਾਣ ਬਣਾਉਣੀ ਆਉਂਦੀ ਹੈ। ਓਏ ਪਿੱਛੇ ਚਲੋ, ਬੁੜਿਆ ਪਰੇ ਮਰ, ਲੰਗਰ ਲੱਗਿਆ ਇੱਥੇ। ਸਗਾ ਭਰਾ ਹੈ ਤੇਰਾ, ਰਹਿੰਦੇ ਉੱਧਰ ਜਾ ਕੇ ਦੇਖ। ਚਲੋ ਚੱਲ ਛੇ, ਇਹੋ ਜਿਹਾ ਭਾਈ ਘਰ ਆਪਣਾ ਮਰ ਮਰੋ, ਉਹ ਮੇਰੇ ਯਾਰ ਨੇ ਆਉਣਾ ਦਬਾ। ਉਹ ਸਿੱਧੇ ਸਾਦੇ ਪਿੰਡੂ ਜੱਟ ਨੇ ਪੂਰੇ ਪਿੰਡ ਵਿੱਚ ਅੱਤ ਕਰਵਾਤੀ, ਸਿੱਧੇ ਸਾਦੇ ਪਿੰਡੂ ਜੱਟ ਨੇ ਪੂਰੇ ਪਿੰਡ ਵਿੱਚ ਅੱਤ ਕਰਵਾਤੀ। ਹੋ ਅੱਖਾਂ ਵੇਖਦੇ ਸ਼ਰੀਕ ਪਾੜ ਪਾੜ ਨੇ, ਜਿਹੜੇ ਲੰਘਦੇ ਸੀ ਮੁੱਛਾਂ ਚਾੜ ਚਾੜ ਨੇ, ਜਿਹੜੇ ਲੰਘਦੇ ਸੀ ਮੁੱਛਾਂ ਚਾੜ ਚਾੜ ਨੇ। ਹੋ ਅੱਖਾਂ ਵੇਖਦੇ ਸ਼ਰੀਕ ਪਾੜ ਪਾੜ ਨੇ, ਜਿਹੜੇ ਲੰਘਦੇ ਸੀ ਮੁੱਛਾਂ ਚਾੜ ਚਾੜ ਨੇ। ਹੋ ਮਿਹਨਤਾਂ ਨੂੰ ਕਹਿੰਦੇ ਸਦਾ ਲੱਗਦੇ ਨੇ ਭਾਗ ਕੋਠੀ ਸਾਂਝੀ ਕੰਧੀ ਉੱਤੇ ਸਰਵਾਤੀ, ਸਿੱਧੇ ਸਾਦੇ ਪਿੰਡੂ ਜੱਟ ਨੇ। ਜੱਟ ਪੂਰਾ ਕੈਮ ਸੌ ਵੱਡਾ ਸੌ, ਦੁੱਖ ਆਉਂਦੇ ਰਹਿਣੇ ਜਿਵੇਂ ਉਂਗਲਾਂ ਦੇ ਨੌ। ਮਾਂ ਮੇਰੀ ਦੇ ਮੈਂ ਝੋਲੀ ਪਾਤਾ ਸਾਰਾ ਸੁੱਖ, ਬਾਪੂ ਮੇਰਾ ਰੱਖਦਾ ਏ ਖੜੀ ਹੁਣ ਮੁੱਛ। ਭਾਵੇਂ ਮਰਦੀਆਂ ਗੋਰੀਆਂ ਨੇ ਜੱਟ ਤੇ, ਮੇਰੀ ਤੋਰ ਦੇ ਜੱਟਾਂ ਦੇ ਪੁੱਤ ਪੱਟ ਤੇ। ਭਾਵੇਂ ਮਰਦੀਆਂ ਗੋਰੀਆਂ ਨੇ ਜੱਟ ਤੇ, ਮੇਰੀ ਤੋਰ ਖੁਰ ਜਾਣਾ, ਨੀਵੇਂ ਹੀ ਚੰਗੇ ਆ, ਉੱਚਿਆਂ ਨੇ ਵੀ ਤੁਰ ਜਾਣਾ।